सीधा चलते हैं फिरोजपुर। सनी चोपड़ा ने साडे नाल गलबात दे लई। सनी, सवाल जिहड़ा है वह किसानों नूं इह जरूर लो, उन्हां तों पुछो कि जो बिल लियांदे गए ने पंजाब सरकार दे वल्लों, तीन बिल, वह किवें वेखदे ने उन्हां बिलां नूं? देखो जिहड़ा अज तक जिहड़ा हुण तक दी जिहड़ी है खबर आ रही है वह यही है भी उत्ते उन्होंने जिहड़े खरड़े दिते आ ते उहदे ते चर्चा हो रही है, पर दूजे पासे जिहड़ा अकाली दल जां दूजियां ते रहो बाहर नारेबाजी भी कर रही है। एक ड्रामा जिहा फिर अज उन्होंने बनाया होया जे सानू नहीं लगता भी इह जिहड़ा कि कोई गंभीर आ, कोई गंभीरता नाल जे फैसला ले रहे, साणू अजे तक इन्हां ते कोई विश्वास नहीं, कोई यकीन नहीं। तुहानू लगदा कि कानून बनणगे इह वाले? नहीं देखो, ये कानून नहीं बनने जितों तक साडे कोले सानू पता लग रहा सा, असीं सोच रहे हां उह इह आ वी इह सिर्फ मता ही पास कर रहे आ ते कानून नहीं बना रहे। सानू असीं चाहुंदे आ कानून बने, कानून भी इहो जिहा सख्त बने जिहदे विच कोई गुंजाइश ना होवे कि कल नूं जाके उह कोई सुप्रीम कोर्ट दे विच रट पा देवे ते साडे पंजाब दा नुकसान होवे। कैप्टन अमरिंदर सिंह भी कहते हैं कि मेरी जेब के अस्तीफा पिया होया, मैं किसानों के नाल खड़ा है, असं केंद्र सरकार के अगे नहीं चुकांगे। सो आनी वापस साढ़े को सनी जुड़े रहो साढ़े नाल, अश्विनी शर्मा भी ने साढ़े नाल जंडियाला तो। अश्विनी की कहते हैं किसान जिहड़े बिल लियांदे गए ने उन्होंने बाबत की लगता है इन्हों? जिहड़े पंजाब सरकार वालों अज बिल पेश किए गए उन्होंने गलबात करा के किसान आके उत्ते खड़े है सब जिहड़े अज बिल पास किए कैप्टन सरकार वालों ਕੈਪਟਨ ਸਾਹਿਬ ਨੇ ਪੰਜਾਬ ਸਰਕਾਰ ਨੇ ਇਹਦੇ ਨਾਲ ਜਿਹੜਾ ਉਹਨਾਂ ਨੇ ਬਿਜਲੀ ਐਕਟ 2020 ਉਹਨੂੰ ਰੱਦ ਕਰਤਾ ਵਾ, ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਹਾਂਗੇ ਉਹਦੇ ਰਿਜ਼ਲਟ ਵਧੀਆ ਨਿਕਲਣਗੇ। ਇਸੇ ਤਰੀਕੇ ਨਾਲ ਪੂਰੇ ਪੰਜਾਬ ਨੂੰ ਸਰਕਾਰੀ ਮੰਡੀ ਬਣਾਉਣ ਦੀ ਗੱਲ ਕੀਤੀ ਆ ਵੀ ਸਰਕਾਰੀ ਰੇਟ ਤੋਂ ਘੱਟ ਕੋ ਫਸਲ ਨਹੀਂ ਖਰੀਦੀ ਜਾਊਗੀ। ਇਹ ਵਧੀਆ ਗੱਲ ਆ ਜੇ ਇਹੋ ਜਿਹੇ ਰੁਝਾਨ ਵਧੀਆ ਆਉਂਦੇ ਆ, ਇਹ ਰੁਝਾਨ ਪੰਜਾਬ ਦੇਸ਼ ਦੀਆਂ ਦੂਜੀਆਂ ਸਟੇਟਾਂ ਦੇ ਵਿੱਚ ਜਾਂਦੇ ਆ ਤੇ ਇਹਨਾਂ ਰੁਝਾਨਾਂ ਨੂੰ ਵੇਖਦੇ ਹੋ ਜੇ ਕੇਂਦਰ ਸਰਕਾਰ ਇੱਥੇ ਪਿਛਾਂਹ ਮੁੜਦੀ ਆ ਜਿਹੜੇ ਤਿੰਨ ਕਾਲੇ ਕਾਨੂੰਨ ਲੈ ਕੇ ਆਏ ਆ ਤੇ ਅਸੀਂ ਕਹਾਂਗੇ ਲੋਕਾਂ ਦੀਆਂ ਸਰਕਾਰਾਂ ਬਹੁਤ ਵਧੀਆ ਕਰ ਰਹੀਆਂ ਵਾ, ਅਸੀਂ ਐਪਰੀਸ਼ੀਏਟ ਕਰਾਂਗੇ ਜੀ। ਪਰਚੇ बिल्कुल, अगर गल करिए जिस तरह के नाल अश्विनी ये कह रहे हैं कि असी स्वागत करते हैं, पर उत्थे विरोधी धिर सवाल चुक रहे हैं। दस दई है कि पहला कि बिल पेश होए ने अजे पास नहीं हुए क्योंकि विरोधियों ने सवाल चुके ने, अजे चर्चा होएगी हालांकि सरकार दे कोल बहुमत है। अश्विनी, इस तो इलावा की अगला स्टैप होएगा केंद्र नूं किवें ये मनाउण की कोशिश कर रहे हैं किसान, क्योंकि अगर इत्थों गल नहीं बनती तो की हो सकता है? ਕੇਂਦਰ ਸਰਕਾਰ ਵੱਲੋਂ ਕਿਸ ਤਰ੍ਹਾਂ ਤੁਸੀਂ ਕੇਂਦਰ ਸਰਕਾਰ ਨੂੰ ਮਨਾਓਗੇ, ਕਿਉਂਕਿ ਇਹ ਤਾਂ ਪੰਜਾਬ ਸਰਕਾਰ ਨੇ ਆਪਣਾ ਫੈਸਲਾ ਕੀਤਾ ਵਾ ਔਰ ਸੈਂਟਰਲ ਗੌਰਮੈਂਟ ਦਾ ਜਿਹੜੀ ਆ, ਕਿਉਂਕਿ ਸੈਂਟਰਲ ਗੌਰਮੈਂਟ ਦੇ ਵਿਰੁੱਧ ਪੰਜਾਬ ਸਰਕਾਰ ਵੱਲੋਂ ਪਹਿਲਾਂ ਬੜੇ ਕੇਸ ਚੱਲਦੇ ਪਏ ਆ, ਅਜੇ ਤੱਕ ਕੋਈ ਵੀ ਕੇਸ ਜਿਹੜਾ ਪੰਜਾਬ ਸਰਕਾਰ ਵੱਲੋਂ ਦਿੱਤਿਆ ਨਹੀਂ ਗਿਆ ਹੈਗਾ। ਔਰ ਤੁਹਾਡੇ ਹੁਣ ਆਪਣੇ ਵਿਊ ਕੀ ਹੈਗੇ ਆ, ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਕੇਸ ਪਾਸ ਕੀਤਾ ਔਰ ਕੇਂਦਰ ਸਰਕਾਰ ਨੇ ਤੇ ਆਪਣੇ ਕੇਸ ਕੀਤੇ ਹੋਏ ਆ, ਆਰਡੀਨੈਂਸ ਜਿਹੜੇ ਰੱਦ ਕੀਤੇ ਪਾਸ ਕੀਤੇ ਹੋਏ ਆ, ਪੰਜਾਬ ਸਰਕਾਰ ਨੇ ਸ਼ੁਰੂਆਤ ਕਰ ਲਈ, ਦੂਜੀਆਂ ਸਟੇਟਾਂ ਵੀ ਸ਼ੁਰੂਆਤ ਕਰਨ, ਅਸੀਂ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਕੇਸ ਜਿੱਤੇ ਜਾਣੇ ਆ ਸੁਪਰੀਮ ਕੋਰਟ ਨਾ ਵੱਡੀ ਆ ਲੋਕਾਂ ਤੋਂ ਨਾ ਸਰਕਾਰ ਵੱਡੀ ਆ, ਲੋਕ ਵੱਡੇ ਨੇ, ਲੋਕਾਂ ਦੀ ਜਿਹੜੀ ਲੜਨ ਦੀ ਸ਼ਕਤੀ ਵੱਡੀ ਆ। ਜੇ ਲੋਕ ਸੰਘਰਸ਼ਾਂ ਤੇ ਟੇ ਰੱਖ ਕੇ ਬੈਠੇ ਨੇ ਤੇ ਲੋਕਾਂ ਦੇ ਸੰਘਰਸ਼ ਅੱਗੇ ਕੇਂਦਰ ਨੂੰ ਵੀ ਜਿਹੜਾ ਵਾ ਉਹ ਝੁਕਣਾ ਪਊ ਇੱਕ ਨਾ ਇੱਕ ਦਿਨ। ਸਾਨੂੰ ਲੰਮੇ ਦਾ ਦੇ ਸੰਘਰਸ਼ਾਂ ਤੋਂ ਇਹ ਤਜਰਬਾ ਵਾ ਵੀ ਇਹ ਸੰਘਰਸ਼ ਜਿੰਨੇ ਮਰਜ਼ੀ ਲੰਮੇ ਜਾਣ ਅਖੀਰ ਕੇਂਦਰ ਸਰਕਾਰ ਨੂੰ ਝੁਕਣਾ ਪਊਗਾ, ਕਿਉਂਕਿ ਜਿਹੋ ਜਿਹਾ ਇਹਨਾਂ ਆਰਡੀਨੈਂਸਾਂ ਪ੍ਰਤੀ ਬਵਾਲ ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਵਾ ਉਹ ਹੋ ਰਿਹਾ ਵਾ, ਉਹਦੇ ਤੇ ਸਰਕਾਰਾਂ ਨੂੰ ਸੋਚਣਾ ਹੀ ਪੈਣਾ, ਹੋਰ ਚਾਰਾ ਕੋਈ ਨਹੀਂ ਗਾ। ਸਾਨੂੰ ਪੂਰਨ ਤੌਰ ਤੇ ਆਸ ਵਾ ਵੀ ਇਹਨਾਂ ਨੂੰ ਅਸੀਂ ਰੱਦ ਕਰਵਾਉਣ ਤੱਕ ਲੜਾਈ ਜਿਹੜੀ ਉਹ ਜਾਰੀ ਰੱਖਾਂਗੇ, ਇਹ ਜੰਗ ਜਾਰੀ ਰਹੂਗੀ। ਇਹਦੇ ਤੇ ਜਿਹੜੀ ਸਟੇਟ ਸਰਕਾਰ ਨੇ ਮਤਲਬ ਆਪਣੇ ਵਾਅਦੇ ਅਨੁਸਾਰ 3 ਸਾਲ ਦੀ ਸਜ਼ਾ ਦੀ ਗੱਲ ਕੀਤੀ ਆ, ਵਪਾਰੀ ਜਿਹੜਾ ਘੱਟ ਰੇਟ ਤੇ ਖਰੀਦਦਾ ਜਾਂ ਬਿਜਲੀ ਐਕਟ ਜਿਹਨੂੰ ਅਜੇ ਕੇਂਦਰ ਸਰਕਾਰ ਨੇ ਛੂਹਿਆ ਨਹੀਂ ਇਹਨਾਂ ਇਹ ਅਜਲਾਸ ਦੇ ਵਿੱਚ, ਉਹਨੂੰ ਰੱਦ ਕਰਨ ਦੀ ਗੱਲ ਕੀਤੀ ਆ। ਇਹ ਠੀਕ ਆ ਵਡੱਪਣ ਇਹਨਾਂ ਦਾ ਮਤਲਬ ਇਹਨਾਂ ਕਰ ਲਿਆ, ਇਹਨੂੰ ਸੁਪਰੀਮ ਕੋਰਟ ਦੇ ਵਿੱਚ ਅਸੀਂ ਕਹਿੰਦੇ ਹਾਂ ਵੀ ਇਸ ਤਰੀਕੇ ਦੇ ਨਾਲ ਇਹਨੂੰ ਬਣਾਉਣ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਰੱਖੇ ਜਾਣ ਦੇ ਯੋਗ ਹੋਣ ਤੇ ਸੁਪਰੀਮ ਕੋਰਟ ਨੂੰ ਹੀ ਆਪਣੀ ਗੱਲ ਮਨਵਾਉਣ ਤੱਕ ਜਾ ਸਕੀਏ। ਇਸ ਦੇ ਵਿੱਚ ਵਿਰੋਧੀ ਧਿਰ ਜਿਹੜੇ ਆ ਉਹ ਵੀ ਬੜੇ ਕੁਐਸਚਨ ਚੁੱਕ ਰਹੇ ਆ
राजपाल जी को जाने उन्होंने भी सैन करने सैन करते जे नहीं करते लड़ाई अजे जारी आ पर जो उन्होंने किया वा जे ए इसे ते केंद्र सरकार अगे वध के ਇਹ ਕੰਮ ਕਰ ਦਿੰਦੀ ਆ ਵੀ ਜਿਹੜਾ ਐਮ ਐਸ ਪੀ ਤੋਂ ਘੱਟ ਰੇਟ ਤੇ ਜਾਂ ਮਿੱਥੇ ਭਾਅ ਤੋਂ ਘੱਟ ਰੇਟ ਤੇ ਫਸਲ ਖਰੀਦਦਾ ਵਾ ਅਸੀਂ ਕਹਿੰਦੇ ਆ ਉਹਨਾਂ ਕਾਨੂੰਨਾਂ ਜਿਹੜੇ ਮੈਂ ਕਾਲੇ ਕਾਨੂੰਨ ਬਣਾਇਆ ਉਹਨਾਂ ਚ ਇੱਕ ਲਾਈਨ ਪਾ ਦਿੱਤੀ ਜਾਵੇ ਵੀ ਇਹ ਜਿਹੜੇ ਆ ਜਿਹੜਾ ਘੱਟ ਰੇਟ ਤੇ ਖਰੀਦ ਉਹਨੂੰ ਘੱਟ ਤੋਂ ਘੱਟ 5 ਸਾਲ ਦੀ ਸਜ਼ਾ ਤੇ ਵੱਧ ਤੋਂ ਵੱਧ ਜੁਰਮਾਨਾ ਜਿਹੜਾ ਵਾ ਵਪਾਰੀ ਨੂੰ ਹੋਊਗਾ ਤੇ ਅਸੀਂ ਕਹਿੰਦੇ ਆ ਲੋਕਾਂ ਨੇ ਇਹ ਵੀ ਮੰਨ ਲੈਣੇ ਆ ਪਰ ਇਹ ਕੇਂਦਰ ਸਰਕਾਰ ਦੀ ਮਨਸ਼ਾ ਅਜੇ ਕਾਰਪੋਰੇਟ ਘਰਾਣਿਆਂ ਨੂੰ ਹੀ ਫਾਇਦਾ ਪਹੁੰਚਾਉਣ ਦੀ ਆ ਕਿਸਾਨਾਂ ਨੂੰ ਰਗੜਾ ਲਾਉਣ ਦੀ ਉਹਨਾਂ ਦੀ ਜਿਹੜੀ ਮਨਸ਼ਾ ਵਾ ਉਹ ਜਗ ਯਾਰ ਵਾ ਉਹਦੇ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਅੱਜ ਆਪਣੀਆਂ ਉਮੀਦਾਂ ਲਾ ਕੇ ਸੋਚਣੀਆਂ ਜੀ ਵਾਪਸ ਆ ਰਹੀ ਹੈ ਤੁਹਾਡੇ ਕੋਲ ਅਸ਼ਵਨੀ ਬਣੇ ਰਿਓ ਸਨੀ ਚੋਪੜਾ ਵੀ ਨੇ ਸਾਡੇ ਨਾਲ ਲਗਾਤਾਰ ਸਨੀ ਕਿਸ ਤਰ੍ਹਾਂ ਦੇ ਨਾਲ ਅੱਗੇ ਦੀ ਤਸਵੀਰ ਇਹਨਾਂ ਨੂੰ ਵਿਖਦੀ ਹੈ ਕਿਉਂਕਿ ਅਜੇ ਇਹ ਬਿੱਲ ਪੇਸ਼ ਹੋਏ ਨੇ ਪਾਸ ਨਹੀਂ ਹੋਏ ਉਧਰੋਂ ਅਮਨ ਅਰੋੜਾ ਵੀ ਸਵਾਲ ਚੁੱਕ ਰਹੇ ਨੇ ਕਿ ਜਿਹੜੀ ਖਰੀਦ ਦਾ ਪੈਸਾ ਕੇਂਦਰ ਦਿੰਦੀ ਹੈ ਉਹਨਾਂ ਨੇ 2 ਸਾਲ ਨੂੰ ਬੰਦ ਕਰ ਦੇਣਾ ਤਾਂ ਕੀ ਹੋਏਗਾ ਅੱਗੇ ਬਿਲਕੁਲ ਇਹ ਵੀ ਇੱਕ ਵੱਡਾ ਸਵਾਲ ਹੈਗਾ ਇਹਨਾਂ ਨਾਲ ਗੱਲਬਾਤ ਕਰਦੇ ਕਿਵੇਂ ਦੇਖਦੇ ਹੋ ਹਲੇ ਤਾਂ ਇਹ ਬਿੱਲ ਪੇਸ਼ ਹੋਏ ਨੇ ਚਰਚਾ ਹੋਊਗੀ ਉਸ ਤੋਂ ਬਾਅਦ ਜਾਊਗਾ ਰਾਜਪਾਲ ਕੋ ਜਾਊਗਾ ਸਾਈਨ ਕਰਦੇ ਹੈਗੇ ਆ ਕਿ ਨਹੀਂ ਕਰਦੇ ਹੈਗੇ ਕਾਨੂੰਨ ਬਣਦਾ ਹੈ ਕਿ ਨਹੀਂ ਬਣਦਾ ਇਹ ਬਾਤ ਦੀ ਗੱਲ ਹੈ ਕਿਵੇਂ ਇਸ ਚੀਜ਼ ਨੂੰ ਤੁਸੀਂ ਦੇਖਦੇ ਹੈਗੇ ਹੋ ਕਿ ਅਮਨ ਅਰੋੜਾ ਨੇ ਵੀ ਸਵਾਲ ਚੱਕੇ ਹੈਗੇ ਆ ਕਿ 2 ਸਾਲ ਬਾਅਦ ਕੇਂਦਰ ਸਰਕਾਰ ਜਿਹੜੇ ਪੈਸੇ ਭੇਜਦੀ ਉਹ ਵੀ ਬੰਦ ਕਰ ਦੂਗੀ ਤੇ ਫਿਰ ਕਿਵੇਂ ਚੱਲੂਗਾ ਜਰਾ ਆਉਣ ਵਾਲਾ ਸਮਾਂ ਨਹੀਂ ਦੇਖੋ ਇਹ ਤਾਂ ਅਸੀਂ ਪਹਿਲਾਂ ਵੀ ਕਹਿ ਚੁੱਕੇ ਆ ਵੀ ਭਾਵੇਂ ਕਿੱਡੀ ਵੀ ਪੰਜਾਬ ਨੂੰ ਖੁੱਲੀ ਮੰਡੀ ਐਲਾਨ ਦੇਣ ਕਿੱਡੀ ਵੀ ਇਹਨੂੰ ਕਰ ਲੈਣਾ ਪਰ ਜਿਹੜੀ ਕ੍ਰੈਡਿਟ ਲਿਮਿਟ ਆ ਉਹ ਤਾਂ ਸੈਂਟਰ ਸਰਕਾਰ ਨੇ ਭੇਜਣੀ ਆ ਇਹਨੂੰ ਖੁੱਲੀ ਮੰਡੀ ਐਲਾਨਣ ਨਾਲ ਵੀ ਇੱਥੇ ਇਹਦਾ ਕੋਈ ਹੱਲ ਨਹੀਂ ਇਹ ਤਾਂ ਇਹੋ ਜਿਹਾ ਕਾਨੂੰਨ ਬਣੇ ਜਿਹੜਾ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਕਾਰਪੋਰੇਟ ਘਰਾਣੇ ਆ ਜਾਂ ਪੰਜਾਬ ਤੋਂ ਜਿਹੜਾ ਬਾਹਰਲਾ ਵਪਾਰੀ ਆ ਉਹ 1 ਇੰਚ ਵੀ ਜ਼ਮੀਨ ਨਾ ਖਰੀਦ ਸਕੇ ਇਹੋ ਜਿਹੇ ਕਾਨੂੰਨ ਲਿਆਂਦੇ ਜਾਣ ਜਿਨ੍ਹਾਂ ਦੇ ਨਾਲ ਕੋਈ ਇਹ ਮਤਲਬ ਜਿਹੜਾ ਸਖ਼ਤ ਜਿਹੜਾ ਉਹ ਹੋਵੇ ਜਿਹੜਾ ਕੱਲ੍ਹ ਨੂੰ ਸਾਨੂੰ ਕੋਰਟ ਦੇ ਵਿੱਚ ਵੀ ਕੋਈ ਇਹਨੂੰ ਚੈਲੰਜ ਕਰਦਾ ਤੇ ਅਸੀਂ ਇਹਦਾ ਸਾਡਾ ਨੁਕਸਾਨ ਨਾ ਹੋਵੇ ਪਰ ਜਿਹੜੀ ਗੱਲ ਆ ਆਪਾਂ ਤੁਸੀਂ ਕਰ ਰਹੇ ਸੀਗੇ ਵੀ ਇਹ ਰਾਜਪਾਲ ਨੇ ਵੀ ਸਾਈਨ ਕਰਨੇ ਆ ਉਹ ਵੀ ਰਾਜਪਾਲ ਵੀ ਉਹਨਾਂ ਦਾ ਸਾਈਨ ਕਰ ਵੀ ਦੇਵੇ ਪਰ ਮੈਨੂੰ ਨਹੀਂ ਲੱਗਦਾ ਵੀ ਇਹਦਾ ਕੋਈ ਬਹੁਤਾ ਫਾਇਦਾ ਹੋਊਗਾ ਜਿਹੜੇ ਜੋ ਕੁਝ ਕਰਨ ਜਾ ਰਹੇ ਅਗਲੀ ਰਣਨੀਤੀ ਕੀ ਹੋਏਗੀ ਸਨੀ ਪੁੱਛੋ ਅਗਲੀ ਰਣਨੀਤੀ ਕੀ ਹੋਏਗੀ ਕਿਉਂਕਿ 21 ਅਕਤੂਬਰ ਨੂੰ ਇਹਨਾਂ ਨੇ ਮੀਟਿੰਗ ਪੋਸਟਪੋਨ ਇਸ ਕਰਕੇ ਕੀਤੀ ਸੀ ਕਿਉਂਕਿ ਸੈਸ਼ਨ 2 ਦਿਨ ਦਾ ਵੱਧ ਗਿਆ ਸੀ ਹੁਣ ਤਾਂ ਇਹਨਾਂ ਨੂੰ ਲਗਭਗ ਨਜ਼ਰ ਆ ਰਿਹਾ ਕਿ ਕੀ ਤਸਵੀਰ ਹੋ ਸਕਦੀ ਹੈ ਅੱਗੇ ਕੀ ਸੋਚਦੇ ਨੇ ਕਿਵੇਂ ਹੁਣ ਅਗਲੀ ਰਣਨੀਤੀ ਤੁਸੀਂ ਕੀ ਤਿਆਰ ਕਰ ਜੀ ਸਨੀ ਆ ਰਹੀ ਹੈ ਵਾਪਸ ਤੁਹਾਡੇ ਕੋਲ ਕਿਤੇ ਨਾ ਕਿਤੇ ਕੁਝ ਸਮੱਸਿਆ ਸੰਪਰਕ ਵਿੱਚ ਅਸ਼ਵਨੀ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਕਿਸਾਨਾਂ ਨੂੰ ਪੁੱਛੋ ਕਿ ਅਗਲੀ ਰਣਨੀਤੀ ਇਹਨਾਂ ਦੀ ਕੀ ਹੋਏਗੀ ਕਿਉਂਕਿ ਹੁਣ ਤਾਂ ਲਗਭਗ ਸਾਫ਼ ਹੋ ਰਿਹਾ ਹੈ ਜੀ ਸਨੀ ਆਵਾਜ਼ ਆ ਰਹੀ ਹੈ ਜੀ ਜੀ ਵਾਪਸ ਆਵਾਂਗੇ ਜੀ ਅਸ਼ਵਨੀ ਹਾਂਜੀ ਹਾਂਜੀ ਤੁਸੀਂ ਸਵਾਲ ਲੈ ਸਕਦੇ ਹੋ ਸਨੀ ਪੁੱਛੋ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਸਨੀ ਆਵਾਜ਼ ਆ ਰਹੀ ਹੈ ਮੇਰੀ ਤੁਹਾਡੇ ਤੱਕ ਸਨੀ ਆਵਾਜ਼ ਪਹੁੰਚ ਪਾ ਰਹੀ ਹੈ ਠੀਕ ਹੈ ਕੋਸ਼ਿਸ਼ ਕਰਾਂਗੇ ਸੰਪਰਕ ਸਾਧਨ ਦੀ ਅਸ਼ਵਨੀ ਤੁਸੀਂ ਸਵਾਲ ਲਓ ਕਿਸਾਨਾਂ ਤੋਂ ਔਰ ਕੀ ਕਹਿਣਾ ਚਾਹੁੰਦੇ ਨੇ ਅੱਗੇ ਕੀ ਸੋਚਦੇ ਨੇ ਹੁਣ ਜਿਹੜੀ ਓਪੋਜੀਸ਼ਨ ਪਾਰਟੀ ਆ ਆਮ ਆਦਮੀ ਪਾਰਟੀ ਉਹਨਾਂ ਦੇ ਕਹਿੰਦੇ ਅਮਨ ਅਰੋੜਾ ਜੀ ਉਹ ਕਹਿ ਰਿਹਾ ਹੈ ਵੀ 1.5 ਸਾਲ ਤਕਰੀਬਨ ਲੰਘ ਜਾਣਾ ਮੱਚਦੇ ਜੇ ਪਿਆਸ ਹੋ ਜਾਂਦੇ ਆ ਜਿਹੜੇ ਇੱਕ ਔਰ ਇਹਦੇ ਕੇਂਦਰ ਸਰਕਾਰ ਨੇ ਜਿਹੜੀਆਂ ਫੈਸਿਲਿਟੀਆਂ ਦੇਣੀਆਂ ਤੁਹਾਨੂੰ ਮਤਲਬ ਜਿਹੜੇ ਬੋਨਸ ਵਗੈਰਾ ਕੋਈ ਵੀ ਦਿੰਦੇ ਉਹ ਮੈਂ ਬੰਦ ਕਰ ਦੇਣੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂ ਵੇਖੋ ਜੀ ਇਹਦੇ ਪ੍ਰੋਸੈਸ ਜਿਹੜੀ ਆ ਲੰਮੀ ਤਾਂ ਚੱਲਣੀ ਆ ਕਿਤੇ ਨਾ ਕਿਤੇ ਉਹ ਵੀ ਇਹ ਗੱਲ ਠੀਕ ਕਹਿੰਦੇ ਆ ਪੰਜਾਬ ਦੀ ਸਰਕਾਰ ਹੁਣ ਇਸ ਤਰੀਕੇ ਦੇ ਨਾਲ ਜਿਹੜਾ ਵਾ ਆਪਣਾ ਬੁੱਧੀਜੀਵੀਆਂ ਦੇ ਨਾਲ ਪੂਰੀ ਵਿਚਾਰ ਕਰਕੇ ਆਪਣੇ ਮੰਤਰੀ ਮੰਡਲ ਦੇ ਨਾਲ ਵਿਚਾਰ ਕਰਕੇ ਇਸ ਤਰੀਕੇ ਨਾਲ ਉਹਦੇ ਵਿੱਚ ਮੱਦਾਂ ਪਾਈਆਂ ਜਾਣ ਕਿ ਜਿਹੜਾ ਵਾ ਜਿਹੜਾ ਵਿੱਚ ਸਮਾਂ ਲੱਗਦਾ ਉਸ ਸਮੇਂ ਦੇ ਵਿੱਚ ਕਿਤੇ ਲੁੱਟ ਨਾ ਕਿਸਾਨਾਂ ਦੀ ਹੋ ਸਕੇ ਤੇ ਇਹਨੂੰ ਜਿਹੜਾ ਵਾ ਤਾਰੋ ਪੇਟ ਜਿਹੜਾ ਵਾ ਉਹ ਨਾ ਕੀਤਾ ਜਾਏ ਇਹਦੇ ਵਿੱਚ ਕੁਛ ਪੈਠ ਨਾ ਹੋਵੇ ਇਸ ਤਰੀਕੇ ਦਾ ਆਏ ਕਿ ਇਹਨੂੰ ਜੇ ਕੱਲ੍ਹ ਨੂੰ ਸੁਪਰੀਮ ਕੋਰਟ ਦੇ ਵਿੱਚ ਲਿਜਾਣਾ ਪਏ ਤੇ ਉੱਥੇ ਵੀ ਤਾਂ ਜਿਹੜੀ ਕੋਈ ਨਾ ਕੋਈ ਪ੍ਰਾਪਤੀ ਹੋ ਸਕੇ ਤੇ ਇਹ ਇਹਨਾਂ ਦਾ ਕਹਿਣਾ ਠੀਕ ਹੈ ਸਰਕਾਰ ਨੂੰ ਇਹਦੇ ਤੇ ਜਿਹੜਾ ਵਾ ਉਹ ਸਹੀ ਜਿਹੜਾ ਉਹ ਫੈਸਲਾ ਲੈਣ ਦੀ ਇਸ ਵੇਲੇ ਲੋੜ ਹੈ ਠੀਕ ਹੈ ਵਾਪਸ ਆਵਾਂਗੇ ਅਸ਼ਵਨੀ ਸਨੀ ਤੁਹਾਡੇ ਤੱਕ ਆਵਾਜ਼ ਪਹੁੰਚ ਪਾ ਰਹੀ ਹੈ ਤੇ ਤੁਹਾਡੇ ਤੋਂ ਸਵਾਲ ਲੈਣਾ ਚਾਹਾਂਗੇ ਪੁੱਛੋ ਕਿਸਾਨਾਂ ਨੂੰ ਅੱਗੇ ਕੀ ਕਰਨਾ ਚਾਹੁੰਦੇ ਨੇ
ਬਿਲਕੁਲ ਗੁਰਜੋਤ ਪੁੱਛਦੇ ਆ ਕਿ ਤੁਸੀਂ ਕਿਵੇਂ ਦੇਖਦੇ ਹੋ ਤੁਹਾਡੀ ਅਗਲੀ ਰਣਨੀਤੀ ਕੀ ਹੈਗੀ ਹੈ ਤੁਸੀਂ ਅਗਲਾ ਫੈਸਲਾ ਕੀ ਕਰ ਰਹੇ ਹੋ ਰੇਲਵੇ ਟਰੈਕ ਦੇ ਉੱਤੇ ਤੁਸੀਂ ਬੈਠੇ ਹੋਏ ਹੋ ਕੀ ਅਗਲੀ ਰਣਨੀਤੀ ਹੈ ਦੇਖੋ ਅਗਲੀ ਰਣਨੀਤੀ ਜਿਹੜੀ ਸਾਡੀ ਆ ਉਹ ਜਿਹੜੀ ਅੱਜ ਮੀਟਿੰਗ ਲੱਗਣੀ ਸੀ ਸੂਬੇ ਦੀ ਕੋਰ ਕਮੇਟੀ ਦੀ ਉਹ ਅੱਜ ਅੱਗੇ ਪਾਤੀ ਮੁਲਤਵੀ ਕਰਕੇ 21 ਤਰੀਕ ਨੂੰ ਕਰਤੀ ਹੈ ਕਿਉਂਕਿ ਅੱਜ ਵਾਲੇ ਇਹਨਾਂ ਦੇ ਜਿਹੜਾ ਅਜਲਾਸ ਦੇ ਵਿੱਚ ਪਤਾ ਲੱਗੂਗਾ ਵੀ ਇਹ ਕਿਹੋ ਜਿਹੇ ਕਿਸ ਤਰ੍ਹਾਂ ਦਾ ਮਤਲਬ ਕਾਨੂੰਨ ਲਿਆਉਂਦੇ ਆ ਕਿਸ ਤਰ੍ਹਾਂ ਦਾ ਮਤਾ ਪਾਉਂਦੇ ਆ ਉਹਦੇ ਮੁਤਾਬਕ ਹੀ ਕੱਲ੍ਹ ਵਾਲੀ ਜਿਹੜੀ ਮੀਟਿੰਗ ਲਾ ਕੇ ਆ ਉਸ ਤੋਂ ਬਾਅਦ ਜਿਹੜਾ ਪਰਸੋਂ ਅਸੀਂ ਬਕਾਇਦਾ ਐਲਾਨ ਕਰਾਂਗੇ ਅਗਲੀ ਰਣਨੀਤੀ ਦਾ ਅਗਲੇ ਸੰਘਰਸ਼ ਦਾ मौजूद क्योंकि सब ईदा सी गया कि कुछ करेगी पंजाब सरकार ते हुण की सोचदे ने अजे तक सरकार लोकां दी आसां ते खरियां नहीं सरकार जिहड़ी आसां ते खरी नहीं उतर सकी। हां कैप्टन साहब जो विधानसभा दे विच बिल पास कर रहे आ ਉਹਦਾ ਸਵਾਗਤ ਅਸੀਂ ਪਹਿਲਾਂ ਵੀ ਕਰਦੇ ਸੀ ਵੀ ਪੰਜਾਬ ਸਰਕਾਰ ਕੋਈ ਚੰਗਾ ਫੈਸਲਾ ਲੈ ਕੇ ਆਵੇ ਦੇਸ਼ ਦੇ 80% ਲੋਕਾਂ ਵਾਸਤੇ ਤੇ ਲੋਕ ਕੈਪਟਨ ਸਾਹਿਬ ਦੇ ਫੈਸਲੇ ਦਾ ਸਵਾਗਤ ਕਰਨਗੇ ਪਰ ਇਹਦੇ ਨਾਲ ਲੋਕਾਂ ਦੀ ਚਿੰਤਾ ਜਿਹੜੀ ਕਿਤੇ ਕੋਈ ਕਾਨੂੰਨ ਵਿਵਸਥਾ ਤਿਆਰ ਕੀਤੀ ਜਾਂਦੀ ਉਹਦੇ ਵਿੱਚ ਬਹੁਤ ਸਾਰੀਆਂ ਚੋਰ ਮੋਰੀਆਂ ਲੋਕਾਂ ਦੀ ਲੁੱਟ ਕਰਨ ਵਾਸਤੇ ਰੱਖੀਆਂ ਜਾਂਦੀਆਂ ਸੋ ਕੈਪਟਨ ਸਰਕਾਰ ਨੂੰ ਬੜੀ ਸੰਜੀਦਗੀ ਨਾਲ ਫੈਸਲੇ ਲੈਣੇ ਚਾਹੀਦੇ ਆ ਕਿਉਂਕਿ 77 ਸੀਟਾਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਵਾ।